ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਪਿੰਡ ਕੁੱਟਾ ਵਿਖੇ ਰਾਏ ਢਾਬੇ ਤੇ ਸਿੱਧੂ ਮੂਸੇਵਾਲੇ ਦੇ ਬੁੱਤ ਦਾ ਉਦਘਾਟਨ ਕਰਨ ਸਮੇਂ ਭਗਵੰਤ ਮਾਨ ਸਰਕਾਰ ਤੇ ਉਹਨਾਂ ਦੀਆਂ ਨੀਤੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਮੋਦੀ ਸਰਕਾਰ ਉੱਤੇ ਜਮਹੂਰੀਅਤ ਦਾ ਗਲਾ ਘੁੱਟਣ ਦੇ ਦੋਸ਼ ਲਾਉਂਦੀ ਹੈ, ਪਰ ਦੂਜੇ ਪਾਸੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਲੋਕਾਂ ਨੂੰ ਬੁਨਿਆਦੀ ਹੱਕਾਂ ਤੋਂ ਵਾਂਝਿਆ ਕਰ ਰਹੀ ਹੈ, ਜਿਸ ਦੀ ਮਿਸਾਲ ਇੱਕ ਪੰਜਾਬੀ ਗਾਇਕਾ ਜੈਨੀ ਜੌਹਲ ਵੱਲੋਂ ਗਾਏ ਹੋਏ ਗੀਤ ਉੱਪਰ ਪੰਜਾਬ ਸਰਕਾਰ ਵੱਲੋਂ ਅਣ ਐਲਾਨੀ ਪਾਬੰਦੀ ਲਵਾ ਦਿੱਤੀ ਗਈ ਹੈ। ਇੱਕ ਨੌਜਵਾਨ ਜਿਹੜਾ ਸੀ ਜਿਹਨੇ ਆਪਣੀ ਮਾਂ ਬੋਲੀ ਦੇ ਜ਼ਰੀਏ ਪੰਜਾਬ ਦਾ ਨਾਂ ਆਪਣੇ ਗੀਤਾਂ ਦੇ ਜ਼ਰੀਏ ਦੁਨੀਆ ਭਰ 'ਚ ਰੋਸ਼ਨ ਕੀਤਾ ਸੀ, ਇੱਕ ਬਹੁਤ ਵੱਡਾ ਆਈਕੋਨਿਕ ਫਿਗਰ ਸੀ ਜਿਹਨੂੰ ਹਰ ਪੰਜਾਬੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਔਰਤਾਂ ਤੋਂ ਲੈ ਕੇ ਆਦਮੀਆਂ ਤੱਕ ਸਾਰੇ ਪਸੰਦ ਕਰਦੇ ਸੀ। ਸਿੱਧੂ ਮੂਸੇਵਾਲੇ ਦੀ ਜਿਹੜੀ ਕਾਬਲੀਅਤ ਸੀ, ਉਹਦੀ ਸ਼ੋਹਰਤ ਜਿਹੜੀ ਸੀ, ਉਹ ਨਿਰੀ ਪੰਜਾਬ ਜਾਂ ਹਿੰਦੁਸਤਾਨ ਦੀ ਸਰਹੱਦਾਂ ਤੱਕ ਹੀ ਨਹੀਂ, ਦੁਨੀਆ ਭਰ ਦੇ ਵਿੱਚ ਜਿੱਥੇ ਪੰਜਾਬੀ ਬੋਲਣ ਵਾਲੇ ਪੰਜਾਬੀ ਜਗਤ ਦੇ ਲੋਕ ਰਹਿੰਦੇ ਸੀ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ, ਅਤੇ ਤੁਸੀਂ ਹੈਰਾਨ ਹੋਵੋਗੇ ਦੁਨੀਆ ਭਰ 'ਚ ਕਈ ਲੋਕ ਜਿਹੜੇ ਪੰਜਾਬੀ ਨੂੰ ਫੋਲੋ ਵੀ ਨਹੀਂ ਕਰ ਸਕਦੇ, ਜਿਹੜੇ ਬੋਲ ਵੀ ਨਹੀਂ ਸਕਦੇ, ਉੱਥੋਂ ਤੱਕ ਉਹਨਾਂ ਦੀ ਇੱਕ ਮਸ਼ਹੂਰੀ ਸੀ ਬਹੁਤ ਜ਼ਿਆਦਾ। ਤੋ ਅੱਜ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਪਾਰਟੀ ਨਾਲ ਇਹ ਨੌਜਵਾਨ ਇੱਕ ਪਾਸੇ ਉਹਨਾਂ ਨੂੰ ਸਾਡੀ ਸੋਚ ਦੇ ਨਾਲ ਵੀ ਜੁੜੇ ਸਨ, ਉਹਨਾਂ ਦੇ ਜਾਣ ਦਾ ਸਾਨੂੰ ਬਹੁਤ ਗਹਿਰਾ ਦੁੱਖ ਹੈ। ਅਤੇ ਮੈਂ ਅੱਜ ਇਸ ਮੌਕੇ ਤੋਂ ਭਗਵੰਤ ਮਾਨ ਜੀ ਮਿਸਟਰ ਪੰਜਾਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ, ਕੱਲ੍ਹ ਹੀ ਇੱਕ ਨੌਜਵਾਨ ਪੰਜਾਬ ਦੀ ਬੱਚੀ ਨੇ, ਜੈਨੀ ਜੌਹਲ ਜਿਹਦਾ ਨਾਂ ਹੈ, ਉਹਨੇ ਇੱਕ ਗੀਤ ਲਿਖਿਆ ਜਿਹੜਾ ਮੈਨੂੰ ਬਹੁਤ ਅਫਸੋਸ ਹੋਇਆ ਜਾਣ ਕੇ ਕਿ ਅੱਜ ਤੁਹਾਡੀ ਸਰਕਾਰ ਨੇ ਤੁਹਾਡੇ ਕਹਿਣ 'ਤੇ ਉਹ ਯੂਟਿਊਬ ਤੋਂ ਜਿਹੜਾ ਉਹਦਾ ਗੀਤ ਹੈ ਉਹਨੂੰ ਬੈਨ ਕਰਵਾ ਦਿੱਤਾ। ਸਾਰਿਆਂ ਨੂੰ ਪਹਿਲੇ ਤਾਂ ਸਮੁੱਚਾ ਜਗਤ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਅਤੇ ਤੁਹਾਡੇ CMO 'ਚੋਂ ਇਸ ਗੱਲ ਦੀ ਕਲੈਰੀਫਿਕੇਸ਼ਨ ਮੰਗਦਾ ਕਿ ਇਹ ਜਿਹੜਾ ਯੂਟਿਊਬ ਤੋਂ ਗੀਤ ਉਤਾਰਿਆ ਗਿਆ, ਇਹਨੂੰ ਬੈਨ ਕੀਤਾ ਗਿਆ, ਕੀ ਤੁਸੀਂ ਕਰਵਾਇਆ? ਆਪਣੀ ਕਲੈਰੀਫਿਕੇਸ਼ਨ ਦਿਓ। ਜੇ ਨਹੀਂ ਕਲੈਰੀਫਿਕੇਸ਼ਨ ਦਿਓਗੇ ਤਾਂ ਉਹਦਾ ਮਤਲਬ ਹੈ ਕਿ ਤੁਸੀਂ ਵੀ ਇਸੇ ਖਿੱਤੇ 'ਚੋਂ ਨਿਕਲੇ ਹੋ, ਤੁਸੀਂ ਵੀ ਇੱਕ ਸਟੇਜ ਆਰਟਿਸਟ ਹੋ, ਕਿਸੇ ਟਾਈਮ 'ਤੇ ਤੁਸੀਂ ਬਦਲਾਵ ਦੀ ਗੱਲ ਕੀਤੀ, ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ, ਅੱਜ ਤੁਸੀਂ ਕਿਉਂਕਿ ਤੁਹਾਡੀ ਪੋਲਿਸੀਜ਼ ਦੇ ਖਿਲਾਫ, ਤੁਹਾਡੀ ਸਰਕਾਰ ਦੀ ਪੋਲਿਸੀਜ਼ ਦੇ ਖਿਲਾਫ ਇਹ ਗੀਤ ਬੜੇ ਸੁਚੱਜੇ ਢੰਗ ਨਾਲ ਲਿਖਿਆ ਗਿਆ, ਅੱਜ ਤੁਸੀਂ ਪੰਜਾਬੀਆਂ ਦੀ ਜ਼ੁਬਾਨ ਨੂੰ ਹਿੰਦੁਸਤਾਨ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਹਨੂੰ ਸਖ਼ਤ ਸ਼ਬਦਾਂ ਦੇ ਨਾਲ ਮੈਂ ਵੀ ਅਤੇ ਮੇਰੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸਮੁੱਚਾ ਪੰਜਾਬੀ ਜਗਤ ਇਸ ਦੀ ਵਿਰੋਧਤਾ ਕਰੇ। ਜਿਵੇਂ ਅਸੀਂ ਆਪਣੀ ਨੌਜਵਾਨ ਬੇਟੀ ਜਿਹਨੇ ਗੀਤ ਗਾਇਆ ਅਤੇ ਲਿਖਿਆ, ਅਸੀਂ ਉਹਦੀ ਪਿੱਠ ਪਿੱਛੇ ਹਾਂ। ਭਗਵੰਤ ਮਾਨ ਜੀ ਨੂੰ ਮੈਂ ਇਹ ਗੱਲ ਸਮਝਾ ਦੇਣਾ ਚਾਹੁੰਦਾ, ਭਗਵੰਤ ਮਾਨ ਜੀ, ਇਸ ਢੰਗ ਦੇ ਨਾਲ ਇਹ ਜਿਹੜੀਆਂ ਤੁਹਾਡੀਆਂ ਪੋਲਿਸੀਜ਼ ਹੈ ਨੇ, ਪੰਜਾਬੀਆਂ ਨੇ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਹਮੇਸ਼ਾ ਤਗੜੇ ਹੋ ਕੇ ਉਹਦਾ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਜੇ ਤੁਸੀਂ ਇਹ ਕੰਮ ਕਰੋਗੇ ਤਾਂ ਵੱਡੇ ਪੈਮਾਨੇ 'ਤੇ ਤੁਹਾਡੇ ਖਿਲਾਫ ਜਾਏਗਾ। ਤੋ ਮੈਂ ਅੱਜ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਵੀ, ਉਹਨਾਂ ਦੇ ਮਾਤਾ ਜੀ ਦੀ ਵੀ ਗੱਲ ਸੁਣੀ ਹੈ ਕਿ ਨੌਜਵਾਨ ਬੱਚੀ ਨੇ ਉਹਨਾਂ ਨੂੰ ਟੈਲੀਫੋਨ ਕਰਕੇ ਕਿਹਾ ਕਿ ਪੰਜਾਬ ਸਰਕਾਰ ਦੇ ਚੰਦ ਅਫਸਰ ਟੈਲੀਫੋਨ ਕਰਕੇ ਉਹਨਾਂ ਨੂੰ ਕਹਿੰਦੇ ਰਹੇ ਨੇ ਕਿ ਤੁਹਾਡੇ ਖਿਲਾਫ ਅਸੀਂ ਇਹੋ ਜਿਹੀ FIR ਦਰਜ ਕਰਾਂਗੇ, ਇਹੋ ਜਿਹਾ ਕੇਸ ਦਰਜ ਕਰਾਂਗੇ ਕਿ ਤੁਹਾਡੀ ਜ਼ਮਾਨਤ ਨਹੀਂ ਹੋ ਸਕੇਗੀ। ਤਾਂ ਮੇਰੇ ਵੱਲੋਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵਾਰਨਿੰਗ ਹੈ, ਇਹਦੇ ਤੋਂ ਬਾਜ਼ ਆਓ ਇਸ ਗੱਲ ਤੋਂ। ਜੇ ਤੁਸੀਂ ਇਸ ਕਿਸਮ ਦਾ ਕੋਈ ਕੰਮ ਕਰੋਗੇ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਮੁੱਚਾ ਪੰਜਾਬੀ ਜਗਤ, ਜਿਹੜੀ ਜੈਨੀ ਜੌਹਲ ਹੈ ਸਾਡੀ ਨੌਜਵਾਨ ਬੱਚੀ, ਉਹਦੀ ਪਿੱਠ ਪਿੱਛੇ ਰਹੇਗਾ। ਅਤੇ ਮੈਂ ਇਹਦੀ ਇਸ ਗੀਤ ਦੀ ਪ੍ਰੋੜਤਾ ਵੀ ਕਰਨਾ ਅਤੇ ਗੱਲ ਵੀ ਕਹਿਣਾ ਚਾਹੁੰਦਾ ਕਿ ਬਿਲਕੁਲ ਸੱਚ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਬੈਨ ਪਈ ਹੈ। ਪੰਜਾਬੀ ਜਗਤ ਦੇ ਵਿੱਚ ਅੱਜ ਜੋ ਹਾਲ ਹੋ ਰਿਹਾ ਸਾਡੇ ਨੌਜਵਾਨ ਬੱਚਿਆਂ ਦਾ, ਵੱਡੇ ਪੈਮਾਨੇ ਦੇ ਪਿੰਡਾਂ ਦੇ ਵਿੱਚ ਬੈਨਰ ਲੱਗ ਕੇ ਨਸ਼ਾ ਵਿਕ ਰਿਹਾ, ਬੈਨਰ ਲੱਗ ਕੇ
ਤੇ ਤੁਹਾਡੀ ਐਡਮਿਨਿਸਟ੍ਰੇਸ਼ਨ ਤੇ ਤੁਹਾਡੀ ਸਰਕਾਰ ਇੱਕ ਫੇਲੀਅਰ ਸਾਬਤ ਹੋਈ। ਨਾ ਤੁਸੀਂ ਬਰਗਾੜੀ, ਨਾ ਬਹਿਬਲ ਕਲਾਂ, ਨਾ ਕੋਟਕਪੂਰਾ, ਨਾ ਸਾਡੇ ਨੌਜਵਾਨ ਵੀਰ ਜਿਨ੍ਹਾਂ ਦੀ ਸ਼ਹਾਦਤਾਂ ਹੋਈਆਂ ਨੇ ਆਪਣੀ ਧਰਮ ਦੀ ਖਾਤਰ, ਆਪਣੀ ਇਸ ਪਹਿਚਾਣ ਨੂੰ ਦੀ ਰਖਵਾਲੀ ਕਰਦੇ ਹੋਏ, ਨਾ ਉਹਨਾਂ ਨੂੰ ਤੁਸੀਂ ਜਸਟਿਸ ਦੇ ਸਕੇ ਹੋ, ਨਾ ਤੁਸੀਂ ਸਿੱਧੂ ਮੂਸੇਵਾਲੇ ਨੂੰ ਅੱਜ ਦੇ ਦਿਨ ਤੱਕ ਜਸਟਿਸ ਦੇ ਸਕੇ ਹੋ। ਭਾਈ ਹੱਟ 'ਤੇ ਜੋ ਅੱਜ ਸਿੱਧੂ ਮੂਸੇਵਾਲੇ ਜੀ ਦਾ ਇੱਕ ਸਟੈਚੂ ਲਗਵਾਇਆ ਹਲਕੇ ਦਾ ਪਿਆਰ, ਔਰ ਜੋ ਸਾਡੇ ਮਿਊਜ਼ਿਕ ਇੰਡਸਟਰੀ ਵਿੱਚ ਘਾਟਾ ਹੋ ਚੁੱਕਾ ਨਾ ਪੂਰਾ ਹੋਣ ਕਾਰਨ, ਮੇਰੇ ਪੁੱਤਰ ਅਤੇ ਮੇਰੇ ਭਰਾਵਾਂ ਦੇ ਸਹਿਯੋਗ ਨਾਲ ਔਰ ਮੇਰੇ ਫਾਦਰ ਸਾਹਿਬ ਦੇ ਸਹਿਯੋਗ ਨਾਲ ਜੋ ਮੈਂ ਕਰਾਏ ਹੱਟ 'ਤੇ ਸਟੈਚੂ ਲਗਾਇਆ, ਉਹਦੀ ਯਾਦਦਾਸ਼ਤ ਵਿੱਚ ਅੱਜ ਜੋ ਮੇਰੇ ਨਾਲ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਨੇ ਆਪ ਆਪਣੇ ਆ ਕੇ ਹੱਥਾਂ ਨਾਲ ਸਿੱਧੂ ਮੂਸੇਵਾਲਾ ਜੀ ਨੂੰ ਫੁੱਲ ਭੇਟ ਕੀਤੇ ਨੇ, ਅਤੇ ਆਉਣ ਵਾਲੇ ਇੱਕ ਸਰਕਾਰ ਨੂੰ ਮੈਸੇਜ ਵੀ ਦਿੱਤਾ ਕਿ ਜੋ ਉਹਦਾ ਹੱਕ ਆ ਉਹਨੂੰ ਦਵਾਇਆ ਜਾਵੇ, ਜੋ ਉਹਦਾ ਘਾਟਾ ਉਹ ਪੂਰਾ ਕੀਤਾ ਜਾਵੇ। ਘਾਟਾ ਤਾਂ ਨਹੀਂ ਪੂਰਾ ਹੋ ਸਕਦਾ, ਪਰ ਜੋ ਆਉਣ ਵਾਲਾ ਸਰਕਾਰਾਂ ਨੇ ਜੋ ਉਹਨਾਂ ਦਾ ਇਨਸਾਫ ਨਾ ਮਿਲਦੇ ਵਿੱਚ ਵੀ ਸਰਕਾਰਾਂ ਤੋਂ ਅਦਾ ਰੌਲ ਕਰਦੀਆਂ ਨੇ, ਅਤੇ ਮੈਂ ਸਰਕਾਰਾਂ ਨੂੰ ਵੀ ਰਿਕੁਐਸਟ ਕਰਦਾ ਵੀ ਇਹਨਾਂ ਦਾ ਮਾਂ ਪਿਓ ਨੂੰ ਇੱਕ ਇਨਸਾਫ ਦਿੱਤਾ ਜਾਵੇ। ਅੱਜ ਉਹਨਾਂ ਦੇ ਪਿਓ ਫਾਦਰ ਔਰ ਮੰਮਾ ਨੇ ਵੀ ਆਉਣਾ ਸੀ, ਪਰ ਅੱਜ ਐਤਵਾਰ ਹੋਣ ਦੇ ਕਰਕੇ ਉੱਥੇ ਨਹੀਂ ਪਹੁੰਚ ਪਾਏ। ਮੈਂ ਸਭ ਸੰਗਤ ਨੂੰ ਇਹੀ ਕਰਦਾ ਕਿ ਥੈਂਕ ਯੂ।